ਰਿਪੀਟਿਡਲੀ 14 ਤੋਂ ਮੈਂ ਆਪਣੇ ਬਾਈ ਰਾਈਟਿੰਗ ਪਰਸਨਲ ਲੈਵਲ 'ਤੇ ਕਹਿੰਦਾ ਰਿਹਾ। ਉਹਨਾਂ ਚੀਜ਼ਾਂ 'ਤੇ ਮੈਂ ਕਹਿ ਸਕਦਾ ਕਿ ਜੇ ਸਾਡੀ ਲੀਡਰਸ਼ਿਪ ਇਸ ਗੱਲ 'ਤੇ ਕੋਈ ਗੌਰ ਕਰਦੀ ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿੱਲੀ ਦੇਖਣੇ ਪੈਣੇ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਬੜੇ ਇਸ਼ੂ ਚੱਕੇ, ਖਾਸ ਤੌਰ 'ਤੇ ਮਜੋਰਟੀ ਜਿਹੜੇ ਗਰੀਬ SC OBC ਗਰੀਬ ਜੱਟ ਜਿਹੜਾ ਨੌਨ ਜਿਹੜਾ ਜ਼ਮੀਨ ਲੈਂਡਲੈਸ ਹੈ ਜੀ, ਦਿਹਾੜੀ ਦੇ ਉੱਤੇ ਕਰਦੇ ਨੇ ਜੱਟ ਵੀ, ਅੱਜ ਕੱਲ੍ਹ ਸ਼ਰੂ ਕਾਸ਼ਟਾਂ ਵਰ ਗਈਆਂ, ਜ਼ਮੀਨ ਵਾਲੇ ਵੀ ਘੱਟੇ ਆ, ਬਹੁਤ ਥੋੜ੍ਹੇ ਰਹਿ ਗਏ ਨੇ, ਪਰ ਇਹਨਾਂ ਦੇ ਇਸ਼ੂ ਵੀ ਚੱਕਦੇ ਨੇ ਹੈ। ਪਰ ਜਿਹੜਾ ਪਿਛਲੀ ਸਰਕਾਰ ਦੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊਆਂ ਬਹੁਤ ਦਿੰਦਾ ਰਿਹਾ, MP MLA ਦੀਆਂ ਮੀਟਿੰਗਾਂ 'ਚ ਵੀ ਸਾਰੇ MP MLA ਸਕੋਲਰਸ਼ਿਪ ਦਾ ਇਸ਼ੂ ਹੋਇਆ, ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਹੈ ਜੀ, ਡਰੱਗ ਵਿਕਦਾ ਰਿਹਾ, ਨਸ਼ੇ ਵਿਕਦੇ ਰਹੇ, ਮਾਈਨ ਦਾ ਕੰਮ ਚੱਲਦਾ ਰਿਹਾ, ਗੈਰ ਕਾਨੂੰਨੀ ਲੈਣ ਜ਼ਮੀਨਾਂ ਦੇ ਕਬਜ਼ੇ, ਜਾਣੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ ਚੱਲਦਾ ਰਿਹਾ। ਉਦੋਂ ਮੈਂ ਹਰ ਮੀਟਿੰਗ 'ਚ, ਚਾਹੇ MLA MP ਦੀ ਮੀਟਿੰਗ ਹੈ, ਇੱਥੇ ਵੀ ਰੇਜ਼ ਕੀਤਾ, ਰਾਜਾ ਸਭਾ 'ਚ ਵੀ ਕਰਦਾ ਰਿਹਾ, ਹਾਈਕਮਾਂਡ ਨੂੰ ਵੀ ਦੱਸਦਾ ਰਿਹਾ। ਪਰ ਅਫਸੋਸ, ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸੀ ਉਸ ਸਮੇਂ ਦੇ, ਹੁਣ ਜਿਹੜੇ ਮੌਜੂਦਾ ਹੈਗੇ ਵੀ, ਔਰ ਜਿਹੜੇ ਐਕਸ ਮਿਨਿਸਟਰ MLA, ਖਾਸ ਤੌਰ 'ਤੇ ਸਾਡੇ ਵਰਗ ਦੇ, ਕੋਈ ਨਹੀਂ ਕਿਸੇ ਵੀ ਇਸ਼ੂ ਦਾ, ਚਾਹੇ ਉਹ ਮੰਤਰੀ 'ਤੇ, ਚਾਹੇ ਉਹ MP 'ਤੇ, ਸਕਾਲਰਸ਼ਿਪ ਇਸ਼ੂ 'ਤੇ ਨਹੀਂ ਕੋਈ ਬੋਲਦੇ ਆ, ਕੋਈ ਗੈਰ ਕਾਨੂੰਨੀ ਸ਼ਰਾਬ ਦੀਆਂ ਭੱਠਾਂ ਫੈਕਟਰੀਆਂ ਚੱਲਣ ਨਾਲ ਜਿਹੜੇ ਲੋਕ ਮਾਰੇ ਗਏ, 114 ਮਰੇ, 346 ਦੇ ਕਰੀਬ ਹੋਸਪਿਟਲਾਈਜ਼ ਹੋਏ, ਕਿਡਨੀਆਂ ਫੇਲ ਹੋਈਆਂ, ਅੱਖਾਂ ਗਈਆਂ, ਇਹ ਇਸ਼ੂ 'ਤੇ ਜਿਹੜੀ SC ਦੇ ਸੀ, ਜ਼ਮੀਨਾਂ ਦੇ 5 ਮਰਲਿਆਂ ਦੇ ਪਲਾਟ ਹੈ ਜੀ, ਨੌਕਰੀਆਂ ਦਾ ਸਵਾਲ ਸੀ, ਇਹ ਕਿਉਂਕਿ ਪਿਛਲੇ 5-7 ਸਾਲਾਂ 'ਚ ਨੌਕਰੀ ਵੀ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ 'ਚ, ਈਵਨ ਕੌਂਟਰੋ ਜਿਹੜਾ ਠੇਕੇਦਾਰੀ ਸਿਸਟਮ ਸੀ ਉਹਦੇ ਵੀ ਅਸੀਂ ਵਿਰੋਧ ਕੀਤਾ। ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ 34 ਬੰਦੇ, ਅਸੀਂ ਦੂਜਿਆਂ ਨੂੰ ਵੀ ਦੋਸ਼ ਦਿੰਦੇ ਹਾਂ, ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ 'ਤੇ ਜਿੱਤ ਕੇ MLA MP ਬਣਦੇ ਨੇ, ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ, MLA MP ਲਈ ਸਰਟੀਫਿਕੇਟ ਦੀ ਜ਼ਰੂਰਤ ਹੈ, ਬਾਕੀ ਮੈਂ ਸਮਝਦਾ ਉਹਨਾਂ ਨੇ ਆਪਣੀ ਟਨਿਓਰ ਦੇ ਵਿੱਚ ਕੋਈ ਇਸ਼ੂ ਚੱਕੇ ਨਹੀਂ ਹੈ। ਇਹ ਸਮਾਜ ਦੇ ਨਾਲ ਧੋਖਾ ਕੀਤਾ, ਡਾਕਟਰ ਬਾਬਾ ਸਾਹਿਬ ਅੰਬੇਦਕਰ ਨਾਲ ਵੀ ਉਹ ਧੋਖਾ ਕਰਦੇ ਰਹੇ। ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਇਸ ਟਾਈਮ ਅਨਾਊਂਸ ਕੀਤੀਆਂ ਨੇ, ਕੈਂਡੀਡੇਟ ਅਨਾਊਂਸ ਕੀਤੇ ਨੇ, 12 ਚੋਂ ਮੈਂ ਕਹਿ ਸਕਦਾ ਕਿ 7 ਇਹੋ ਜਿਹੇ ਬੰਦੇ ਨੇ ਜਿਹਨਾਂ ਨੇ ਪਾਰਟੀਆਂ ਬਦਲੀਆਂ, ਕਈ ਵਾਰੀ ਬਦਲ ਕੇ ਆਏ, ਕਾਂਗਰਸ 'ਚ ਚਲੇ ਗਏ, ਆਏ ਚਲੇ ਗਏ, ਇਹ ਸਿਰਫ 4-5 ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ 'ਚੋਂ ਆਏ ਹੋਏ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ 'ਚ ਕਾਂਗਰਸ ਹੈ। 7 ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦਾ ਪਿਛੋਕੜ ਦੂਸਰੀਆਂ ਪਾਰਟੀਆਂ 'ਚ ਬਦਲ ਕੇ, ਅਪਰਚੁਨਿਸਟ ਕਹਿ ਦਿਓ ਉਹਨਾਂ ਨੂੰ, ਔਰ ਉਹ ਲੋਕ ਨੇ ਜਿਹਨਾਂ ਨੇ ਆ ਕੇ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ।
ਡਿਮਾਂਡ ਕੀ ਕੀਤੀ ਹੈ ਲੈਟ ਦਾ ਜੀ? ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ ਦੇਖੋ ਜਿੱਤ ਹਰ ਕਰਮਾਂ ਦੀ ਆ, ਕੋਈ ਗਰੰਟੀ ਲੈ ਕੇ ਦੀਆਂ ਵੀ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਜਿੱਤਣੀਆਂ, ਕਿਸੇ ਨੂੰ ਇਗਨੋਰ ਕਰ ਦੇਣਾ, ਜਿਹੜਾ ਪੁਰਾਣਾ ਕਾਂਗਰਸੀ ਹੈ ਜਿਹੜੇ ਲੋਇਰ ਰਹੇ ਨੇ ਉਹਨਾਂ ਦਾ ਕਸੂਰ ਇਹੀ ਹੈ ਵੀ ਉਹ ਕਾਂਗਰਸ ਚੋਂ ਇੱਧਰ ਉੱਧਰ ਨਹੀਂ ਹੋਏ, ਪਾਪੂਲਰ ਹੈ, ਸਰਵੇ ਵੀ ਉਹਨਾਂ ਦੇ ਹੱਕ 'ਚ ਹੈ, ਸਰਵੇ ਵੀ ਫਰਾਡੂਲੈਂਟ ਹੈ। ਹੁਣ ਕਈ ਟਿਕਟਾਂ ਕਈ ਵਾਰੀ ਕਹਿ ਦਿੰਦੇ ਹਲਕਾ ਇੰਚਾਰਜ ਖਿਲਾਫ਼ ਤੇ, ਜੇ ਕਈ ਜਗ੍ਹਾ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ, ਉੱਥੇ ਕਿਉਂ ਦੇ ਤੀਆਂ? ਫਿਰ ਇਹ ਪਿੱਕ ਐਂਡ ਚੂਜ਼ ਕੀਤੀ ਆ, ਔਰ ਉਹ ਅਰਬਾਂਪਤੀ ਲੋਕ ਨੇ ਜਿਹਦੇ 'ਚ ਜਿਹੜੇ ਕੁਛ ਬੰਦੇ ਹੈਗੇ ਨੇ ਜੀ ਕਹਿ ਸਕਦੇ ਹਾਂ, ਪਰ ਜਦੋਂ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ 'ਤੇ ਦੇਖਣੀ ਹੈ, ਤੁਸੀਂ ਫਿਰ ਪਾਰਟੀ 'ਚ ਕਿਵੇਂ ਖੜੂ, ਸਟੈਂਡ ਕਿਵੇਂ ਕਰੂਗੀ?